ਕੱਲ ਮੇਰੇ ਨਾਲ ਮੌਕੇ ਦੀ SHO ਸਰ ਸਰਾਭਾ ਨਗਰ ਵਾਲੇ ਜਿਨ੍ਹਾਂ ਨੇ ਮੇਰੇ ਨਾਲ ਕੱਲ ਬਹੁਤ ਧੱਕਾ ਕੀਤਾ। ਇੱਕ ਪੁੱਛਗਿੱਛ ਦੇ ਮਾਮਲੇ ਦੇ ਵਿੱਚ ਮੈਨੂੰ ਥਾਣੇ ਦੇ ਵਿੱਚ ਲਿਜਾਇਆ ਜਾਂਦਾ, ਈਵਨ ਮੇਰੇ ਬੈਂਕ ਤੋਂ ਮੈਨੂੰ ਲੈ ਕੇ ਜਾਇਆ ਜਾਂਦਾ ਜਿੱਥੇ ਮੇਰੀ ਰੈਪੂਟੇਸ਼ਨ ਖਰਾਬ ਹੁੰਦੀ ਹੈ। ਮੈਂ ਇੱਕ ਉੱਥੇ ਕਾਰਪੋਰੇਟ ਅਕਾਊਂਟ ਮੈਨੇਜਰ ਦੀ ਜੌਬ ਕਰਦੀ ਹਾਂ ਜਿੱਥੇ ਮੇਰੀ ਇਹਨਾਂ ਨੇ ਸਾਰੀ ਰੈਪੂਟੇਸ਼ਨ ਖਰਾਬ ਕਰਤੀ। ਕੱਲ SHO ਆਪਣੇ ਦੋਸਤਾਂ ਨੂੰ ਬੁਲਾਉਂਦਾ, ਉਹ ਦੋਸਤ ਹੈ ਉਹਨਾਂ ਦਾ ਨਾਮ ਹੈ ਬੰਦੂ ਸੇਖੂ ਔਰ ਨਾਲ ਐਂਪਲ। ਉੱਥੇ ਬੁਲਾ ਕੇ ਇਹਨਾਂ ਨੇ ਮੈਨੂੰ ਕੁੱਟਿਆ ਮਾਰਿਆ, ਮੇਰੇ ਨਾਲ ਬਹੁਤ ਬਦਤਮੀਜ਼ੀਆਂ ਕੀਤੀਆਂ, ਮੇਰੇ ਸਿਰ 'ਚ ਛਿੱਤਰ ਤੱਕ ਮਾਰੇ ਔਰ ਉੱਪਰੋਂ ਦੀ ਮੇਰੇ ਸਿਰ 'ਚ ਇੱਡੀਆਂ ਚੱਪਲਾਂ ਮਾਰ ਕੇ ਇਹਨਾਂ ਨੇ ਮੇਰੇ ਗਲਤ ਬੋਡੀ ਪਾਰਟ ਟੱਚ ਕੀਤੇ। ਮੈਨੂੰ ਇਸ ਚੀਜ਼ ਤੇ ਇਨਸਾਫ਼ ਚਾਹੀਦਾ ਕਿ ਮੇਰੇ ਨਾਲ ਇਹ ਸਭ ਕਿਉਂ ਕੀਤਾ ਗਿਆ। ਮੈਂ ਪਹਿਲਾਂ ਹੀ ਡਿਪਰੈਸ਼ਨ ਦੀ ਮਰੀਜ਼ ਹਾਂ, ਅਗਰ ਮੈਨੂੰ ਕਦੇ ਵੀ ਕੋਈ ਵੀ ਮੇਰੀ ਜਾਨ ਨੂੰ ਨੁਕਸਾਨ ਹੁੰਦਾ ਤਾਂ ਮੇਰੀ ਮੌਤ ਦੇ ਜ਼ਿੰਮੇਵਾਰ ਇਹ ਸਾਰੇ ਹੋਣਗੇ। ਲੁਧਿਆਣੇ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਬੈਂਕ ਮੈਨੇਜਰ ਨੇ ਲੁਧਿਆਣਾ ਦੇ SHO ਤੇ ਨਾਲ ਹੀ ਉਸਦੇ ਦੋਸਤਾਂ ਤੇ ਗੰਭੀਰ ਇਲਜ਼ਾਮ ਲਗਾਏ ਨੇ। ਉਸ ਵੱਲੋਂ ਇੱਕ ਵੀਡੀਓ ਬਣਾਈ ਗਈ ਹੈ ਜਿਸ ਵਿੱਚ ਉਸਨੇ ਆਪਣੀ ਹੱਡ ਬੀਤੀ ਦੱਸੀ ਹੈ। ਉਸਦਾ ਇਹ ਕਹਿਣਾ ਹੈ ਕਿ SHO ਵੱਲੋਂ ਪਹਿਲਾਂ ਉਸਨੂੰ ਬੈਂਕ ਤੋਂ ਥਾਣੇ ਲਿਜਾਇਆ ਜਾਂਦਾ ਹੈ, ਫਿਰ ਉਸ ਤੋਂ ਬਾਅਦ ਉਹ ਆਪਣੇ ਦੋਸਤਾਂ ਨੂੰ ਸੱਦਦਾ ਹੈ ਅਤੇ ਉਸ ਤੋਂ ਬਾਅਦ ਉਸ ਦੀ ਕੁੱਟਮਾਰ ਕਰਦਾ ਹੈ। ਇਹ ਵੱਡੇ ਇਲਜ਼ਾਮ ਹੱਡ ਬੀਤੀ ਬੈਂਕ ਮੈਨੇਜਰ ਵੱਲੋਂ ਖੁਦ ਵੀਡੀਓ ਬਣਾ ਕੇ ਦੱਸਿਆ ਗਿਆ ਹੈ। ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਉਸ ਵੱਲੋਂ ਇਹ ਵੀ ਕਹਿਣਾ ਕਿ ਉਸਦੀ ਰੈਪੂਟੇਸ਼ਨ ਪੂਰੀ ਖਰਾਬ ਕਰ ਦਿੱਤੀ ਹੈ ਬੈਂਕ 'ਤੇ ਅਤੇ ਕਿਸ ਤਰ੍ਹਾਂ ਉਸਨੂੰ ਥਾਣੇ ਲਿਜਾ ਕੇ ਉਸਦੇ ਨਾਲ ਉਸਨੂੰ ਕੁੱਟਿਆ ਜਾਂਦਾ, ਉਸਦੇ ਨਾਲ ਉਹ ਕੁੱਟਮਾਰ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਉੱਚ ਅਧਿਕਾਰੀਆਂ ਵੱਲੋਂ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਗਏ ਨੇ। ਉੱਥੇ ਹੀ DCP ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਦਾ ਕੰਮ IPS ਅਧਿਕਾਰੀ ADGP ਤੁਸ਼ਾਰ ਗੁਪਤਾ ਨੂੰ ਸੌਂਪਿਆ ਗਿਆ। ਉਹਨਾਂ ਨੇ ਦੱਸਿਆ ਕਿ ਜਾਂਚ ਦੌਰਾਨ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ। ਉੱਥੇ ਹੀ ਬੈਂਕ ਮੈਨੇਜਰ ਵੱਲੋਂ ਜਿਹੜੀ ਵੀਡੀਓ ਬਣਾ ਕੇ ਹੱਡ ਬੀਤੀ ਦੱਸੀ ਗਈ ਹੈ ਇਸ ਦੇ ਬਾਰੇ ਹੋਰ ਕੀ ਕਹਿਣਾ ਉਹ ਤੁਸੀਂ ਆਪ ਸੁਣੋ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਮਨਿੰਦਰ ਕੌਰ ਹੈ, ਮੈਂ ਬੈਂਕ 'ਚ ਜੌਬ ਕਰਦੀ ਹਾਂ। ਕੱਲ੍ਹ ਮੇਰੇ ਨਾਲ ਮੌਕੇ ਦੀ SHO ਸਰ ਸਰਾਭਾ ਨਗਰ ਵਾਲੇ ਜਿਨ੍ਹਾਂ ਨੇ ਮੇਰੇ ਨਾਲ ਕੱਲ੍ਹ ਬਹੁਤ ਧੱਕਾ ਕੀਤਾ। ਇੱਕ ਪੁੱਛਗਿੱਛ ਦੇ ਮਾਮਲੇ ਦੇ ਵਿੱਚ ਮੈਨੂੰ ਥਾਣੇ ਦੇ ਵਿੱਚ ਲਿਜਾਇਆ ਜਾਂਦਾ, ਈਵਨ ਮੇਰੇ ਬੈਂਕ ਤੋਂ ਮੈਨੂੰ ਲੈ ਕੇ ਜਾਇਆ ਜਾਂਦਾ ਜਿੱਥੇ ਮੇਰੀ ਰੈਪੂਟੇਸ਼ਨ ਖਰਾਬ ਹੁੰਦੀ ਹੈ। ਮੈਂ ਇੱਕ ਉੱਥੇ ਕਾਰਪੋਰੇਟ ਅਕਾਊਂਟ ਮੈਨੇਜਰ ਦੀ ਜੌਬ ਕਰਦੀ ਹਾਂ ਜਿੱਥੇ ਮੇਰੀ ਇਹਨਾਂ ਨੇ ਸਾਰੀ ਰੈਪੂਟੇਸ਼ਨ ਖਰਾਬ ਕਰਤੀ ਕੱਲ੍ਹ ਔਰ ਸਾਰੇ ਪਾਸੇ ਇਹਨਾਂ ਨੇ ਮੇਰੇ ਫੋਨ ਘੁਮਾ ਤੇ। ਉੱਥੇ SHO ਆਪਣੇ ਦੋਸਤਾਂ ਨੂੰ ਬੁਲਾਉਂਦਾ, ਉਹ ਦੋਸਤ ਹੈ ਉਹਨਾਂ ਦਾ ਨਾਮ ਹੈ ਬੰਦੂ ਸੇਖੂ ਔਰ ਨਾਲ ਐਂਪਲ, ਜਿਨ੍ਹਾਂ ਨੂੰ ਇਹਨਾਂ ਨੇ ਬੁਲਾਇਆ। ਉੱਥੇ ਬੁਲਾ ਕੇ ਇਹਨਾਂ ਨੇ ਮੈਨੂੰ ਕੁੱਟਿਆ ਮਾਰਿਆ, ਮੇਰੇ ਨਾਲ ਬਹੁਤ ਬਦਤਮੀਜ਼ੀਆਂ ਕੀਤੀਆਂ, ਮੇਰੇ ਸਿਰ 'ਚ ਛਿੱਤਰ ਤੱਕ ਮਾਰੇ ਔਰ ਉੱਪਰੋਂ ਦੀ ਮੇਰੇ ਸਿਰ 'ਚ ਇੱਡੀਆਂ ਚੱਪਲਾਂ ਮਾਰ ਕੇ ਇਹਨਾਂ ਨੇ ਮੇਰੇ ਗਲਤ ਬੋਡੀ ਪਾਰਟਸ ਟੱਚ ਕੀਤੇ। ਮੈਨੂੰ ਇਸ ਚੀਜ਼ ਤੇ ਇਨਸਾਫ਼ ਚਾਹੀਦਾ ਕਿ ਮੇਰੇ ਨਾਲ ਇਹ ਸਭ ਕਿਉਂ ਕੀਤਾ ਗਿਆ। ਮੈਂ ਪਹਿਲਾਂ ਹੀ ਡਿਪਰੈਸ਼ਨ ਦੀ ਮਰੀਜ਼ ਹਾਂ, ਅਗਰ ਮੈਨੂੰ ਕਦੇ ਵੀ ਕੋਈ ਵੀ ਮੇਰੀ ਜਾਨ ਨੂੰ ਨੁਕਸਾਨ ਹੁੰਦਾ ਤਾਂ ਮੇਰੀ ਮੌਤ ਦੇ ਜ਼ਿੰਮੇਵਾਰ ਇਹ ਸਾਰੇ ਹੋਣਗੇ ਔਰ ਮੈਂ CP ਆਫਿਸ ਪੇਸ਼ ਹੋਊਂਗੀ। ਮੈਨੂੰ ਇਨਸਾਫ਼ ਚਾਹੀਦਾ। ਇਹਨਾਂ ਲੋਕਾਂ ਨੇ ਮੇਰੇ 'ਤੇ ਹੱਥ ਚੱਕਿਆ, ਇਹਨਾਂ ਲੋਕਾਂ ਨੇ ਮੈਨੂੰ ਬਹੁਤ ਗਲਤ ਕੀਤਾ, ਬਹੁਤ ਬਦਤਮੀਜ਼ੀ ਕੀਤੀ, ਮੈਨੂੰ ਮੇਰਾ ਇਨਸਾਫ਼ ਚਾਹੀਦਾ। ਬਿਊਰੋ ਰਿਪੋਰਟ, ਲੁਧਿਆਣਾ ਟਾਈਮਸ।